ਆਕੇ 12 ਵਜੇ ਤੱਕ ਗ੍ਰੰਥੀ ਦੇ ਜਿੰਦਰਾ ਮਾਰੇ ਬੂਹੇ ਨੂੰ, ਸੰਗਤ ਗਈ ਚਲੀ ਜਿੰਦਰਾ ਮਾਰ ਕੇ ਜ਼ਿੰਮੇਵਾਰੀ ਸਮਝੇ, ਇਹ ਗ੍ਰੰਥੀ ਇਸ ਗਾਂ ਥੱਲੇ ਸੁੱਤੇ ਹੁਣ ਕਿ ਅੰਦਰ ਵੜ ਜਾਵੇ ਕੋਈ ਨਹੀਂ, ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਜ਼ੁਲਮ ਕੀਤਾ ਹੈ, ਇਹ ਜ਼ੁਲਮ ਜਿਹੜਾ ਨਾ ਸਜ਼ਾ ਭੋਗਣ ਦੇ, ਇਹਨਾਂ ਵੇਖੀ ਤਾਂ ਸਹੀ ਇਹਨਾਂ ਭੋਗਣੀ ਕਿਹੜੀ ਸਜ਼ਾ ਹੈ, ਕਿਹੜੀ ਸਜ਼ਾ ਇਹਨਾਂ ਭੋਗਣੀ, ਇਹਨਾਂ ਬੱਚੇ ਨਾਲ ਤਰੋਹ ਕਮਾਇਆ, ਇਹਨਾਂ ਬੱਚੇ ਨਾਲ ਤਰੋਹ ਕਮਾਇਆ ਹੈ, ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ, ਲੱਭ ਲੱਭ ਪਿਓ ਖਪ ਜਾਂਦਾ, ਕਦੀ ਕਿਸੇ ਪਾਸੇ ਨਿਕਲ ਜਾਂਦਾ, ਕਦੀ ਕਿਸੇ ਪਾਸੇ ਨਿਕਲ ਜਾਂਦਾ ਹੈ। ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ, ਜਿਹਨੂੰ 19-21 ਗੱਲ ਨੀ ਕਰਨੀ ਆਉਂਦੀ, ਇਹੋ ਜਿਹਾ ਪਿਓ ਹੈ ਇਹਨਾਂ ਦਾ, ਬੇੜਾ ਗਰਕ ਜੇ ਇਹੋ ਜਿਹੇ ਨਿੰਗਾਂ ਦਾ। ਮੈਂ ਤਾਂ ਨੀ ਇਹਨਾਂ ਦਾ ਘਾਟ ਟੁੱਟੇ, ਮੇਰੇ ਤਾਂ ਸਾਹਮਣੇ ਹੁਣ ਨਾ ਮੇਰੇ ਕੋਲ ਗੋਲੀ ਆ, ਮੈਂ ਸਾਰਿਆਂ ਨੂੰ ਮਾਰਾਂ। ਤੁਸੀਂ ਕੀ ਕਹਿਣਾ ਚਾਹੁੰਦੇ? ਕਹਿਣਾ ਠੀਕ ਹੈ ਕਿ ਜਿਹੜਾ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ, ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ, ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ, ਜਿਵੇਂ ਉਹਨੂੰ ਵੱਡਿਆ ਨੇ ਨਾ ਇਵੇਂ ਵਡੀਚਣ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਹਾਂ, ਜੇ ਸਾਡੇ ਪੁੱਤਰ ਗਲਤੀ ਕੀਤੀ ਹੈ, ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫ਼ੀ ਮੰਗਾਂਗੇ, ਅਸੀਂ ਗੁਰੂ ਗ੍ਰੰਥ ਤੇ ਹੱਥ ਰੱਖਾਂਗੇ ਵੀ ਸੱਚੇ ਪਾਤਸ਼ਾਹ ਇਹਨੇ ਗਲਤੀ ਕੀਤੀ ਹੈ, ਇਹਨੂੰ ਮਾਫ਼ ਕਰ, ਅਸੀਂ ਮਾਫ਼ੀ ਮੰਗਾਂਗੇ, ਅਸੀਂ ਸਾਰੇ ਮਾਫ਼ੀ ਮੰਗਾਂਗੇ, ਅਸੀਂ ਪੁੱਤਰ ਮਾਫ਼ੀ ਮੰਗਾਂਗੇ ਇਹ ਗੱਲ ਦੀ, ਜੇ ਸਾਡਾ ਪੁੱਤਰ ਚਲਾ ਗਿਆ ਅਸੀਂ ਤਾਂ ਵੀ ਮਾਫ਼ੀ ਮੰਗਾਂਗੇ ਗੁਰੂ ਕੋਲੋਂ। ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ, ਫਿਰ ਸਾਨੂੰ ਇਨਸਾਫ਼ ਮਿਲਣਾ। ਇੱਕ ਗਿਆਨੀ ਜਥੇਦਾਰ ਅਕਾਲ ਤਖ਼ਤ ਦੇ ਨੇ, ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ, ਸੋਸ਼ਲ ਤੇ ਸਮਾਜਿਕ। ਸਰ ਇਹ ਬਾਈਕਾਟ ਕਾਹਦੇ ਵਾਸਤੇ ਕਰਨਾ ਜੀ? ਫਿਰ ਸਾਨੂੰ ਵੀ ਸਾਰਿਆਂ ਨੂੰ ਮਾਰ ਦੇਣ, ਫਿਰ ਅਸੀਂ ਵੀ ਸਿੱਖ ਪਰਿਵਾਰ ਆ, ਸਾਨੂੰ ਵੀ ਇਸੇ ਘਾਟ ਤੇ ਤਾਰ ਦੇਣ, ਅਸੀਂ ਕੀ ਕਰਨਾ ਮਗਰੋਂ ਜੀਵ ਕੇ? ਜੇ ਇੱਕ ਪਰਿਵਾਰ ਨੂੰ ਜੀ ਉਹਨਾਂ ਬਾਈਕਾਟ ਕਰਨਾ ਵਾ, ਜੇ ਉਹਦੀ ਕੋਈ ਗਲਤੀ ਹੈਗੀ ਆ ਪੁੱਤ ਦੀ, ਤੇ ਸਾਨੂੰ ਸਜ਼ਾ, ਸਾਨੂੰ ਹਜੇ ਵੀ ਸਾਨੂੰ ਸਜ਼ਾ ਦੇ ਦੇਣ, ਅਸੀਂ ਭੁਗਤਣ ਯੋਗ ਆ। ਐਸਾ ਕੁਛ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਥੇਦਾਰ ਨੂੰ? ਨਹੀਂ ਜੀ, ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ, ਉਹਨਾਂ ਨੂੰ ਇਨਸਾਫ਼ ਹੁਣ ਕਰਨਾ ਚਾਹੀਦਾ, ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਈ ਮੈਂਟਲ ਆ। ਕਿੰਨੇ ਚਿਰ ਦੀ ਉਹਦੀ, ਛੋਟੇ ਹੁੰਦੇ ਤੋਂ ਦਵਾਈ ਚੱਲਣ ਡਈ ਆ, 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ, ਮੁੜ ਕੇ ਉਹਨਾਂ ਬਸ ਉਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ, ਕਦੀ ਕਿਤੇ ਪੈਲੀ ਵੇਚ ਕੇ ਵੀ ਉਹਦਾ ਪਿਤਾ ਨਾਲ ਉੱਤੇ ਪੈਸੇ ਲਾਈ ਜਾਂਦਾ ਵਾ, ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ, ਪਰ ਉਹਦਾ ਕੋਈ ਇਲਾਜ ਲੱਭਿਆ ਨਹੀਂ ਜੀ। ਜਿੱਧਰ ਨੂੰ ਵੀ ਕਿਸੇ ਨੇ ਆਖਿਆ ਉੱਧਰ ਨੂੰ ਵੀ ਚਲੇ ਗਿਆ, ਪਰ ਰਿਪੋਰਟਾਂ ਵੀ ਅਸੀਂ ਖੜੀਆਂ, ਸਾਡੀ ਸੁਣਾਈ ਨਹੀਂ ਉੱਥੇ, ਕਿਸੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ, ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ, ਬੰਦਿਆਂ ਨੇ ਵੱਢ ਕੇ ਸੁੱਟਤਾ। ਬਾਬੇ ਵੀ ਆਏ ਚਾੜਸੇ ਵਾਲੇ, ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ਼ ਦਵਾਉਣੇ ਆ, ਜੋ ਵੀ ਹੋਊ ਕਾਰਵਾਈ ਕਰਾਂਗੇ, ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕੱਟਿਆ। ਫਿਰ ਵੇਖੋ ਇਹਦੇ ਵੱਢਦੇ, ਜਦੋਂ ਵੱਢਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਢਿਆ ਵਾ, ਵੀ ਮੈਂ ਇਹਨਾਂ ਦਾ ਲੋਕ ਡੰਗਰ ਦੇ ਉੱਤੇ ਕਦਰ ਨਹੀਂ, ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ। ਕੀ ਉਹਨੇ ਗਲਤੀ ਕਰ ਲਈ? ਚਲੋ ਅਸੀਂ ਬਖਸ਼ਣ, ਅਸੀਂ ਵੀ ਆਣੇ ਆ ਵੀ ਗਲਤੀ ਕੀਤੀ, ਬਹੁਤ ਵੱਡੀ ਗਲਤੀ ਕੀਤੀ ਉਹਨੇ, ਸਾਡਾ ਵੀ ਗੁਰੂ ਗ੍ਰੰਥ ਸਾਹਿਬ ਆ, ਸਾਡਾ ਵੀ ਆ ਧਰਮ ਆ,
ਪਰ ਅਸੀਂ ਆਹਨੇ ਆ ਗਲਤੀ ਕੀਤੀ ਆ, ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ, ਅਸੀਂ ਮੰਨਣ ਯੋਗ ਆ ਜੀ। ਹਾਂਜੀ, ਪਰ ਆਹ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ, ਇਹ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ। ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ, ਸਾਡੇ ਤਾਂ ਇਹੋ ਹੀ ਆ। ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ? ਹਾਂ ਸਹੀ ਗੱਲ ਹੈ, ਪਰਿਵਾਰ ਬੈਠਾ ਆ, ਸਾਨੂੰ ਰੋਂਦਾ ਪਿੱਛੜੇ ਭੈਣੇ ਸਾਨੂੰ ਨਿਆਂਗਾ ਨੂੰ, ਅੱਜ ਇਹਨਾਂ ਨੇ ਇੱਕ ਵੱਡਿਆ ਕੱਲ ਨੂੰ ਚਾਰ ਵੱਢਣ ਕੇ ਸੁੱਖੇ ਦੇ ਰੱਜੇ, ਸੌ ਮੈਂ ਦਿਆਂਗਾ ਕੱਲ ਨੂੰ ਸੁੱਖੇ ਦੇ ਰੱਜੇ ਚਾਰ ਵੱਢਣ ਕੇ ਵੀ ਸਾਡਾ ਤਾਂ ਕੋਈ ਭਾਏ, ਇਹ ਤਾਂ ਹੀ ਤਾਂ ਨਿਆਂਗ ਮੱਛਰੇ ਨੇ, ਠੀਕ ਹੈ, ਇਹਨੇ ਸੁੱਖਾ ਪੀਤੀ ਸੀ, ਨਸ਼ੇ ਕਰ ਕਰਕੇ ਮੱਛਰੇ ਨੇ ਨਿਆਂਗ, ਇਹਨਾਂ ਨੂੰ ਸਜ਼ਾ ਦਿਓ, ਇਹਨਾਂ ਨੂੰ ਗੁਰਦੁਆਰਾ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਮੰਨਦੇ ਆ ਗੁਰੂ ਸਾਹਿਬ ਨੂੰ, ਮੰਨਦੇ ਆ ਗੁਰੂ ਤੋਂ ਸਵਾਹ ਕਦੇ ਜਾਂਦੇ ਨਹੀਂ, ਅਸੀਂ ਤਾਂ ਆਪਣੇ ਪੁੱਤਰ ਗਾਤਰੇ ਪਾਏ, ਅਸੀਂ ਤਾਂ ਗੁਰੂ ਦੇ ਗਾਤਰੇ ਪਾਏ ਨੇ, ਅਸੀਂ ਸੱਚ ਦੇ ਗਾਤਰੇ ਪਾਏ, ਅਸੀਂ ਸੱਚ ਦੇ ਪਾਏ ਨੇ, ਅਸੀਂ ਇਹੋ ਜਿਹੇ ਨਹੀਂ ਪਾਏ ਪਾਪ ਕਰਨ ਦੇ, ਚਾਮਣ ਬੰਦਾ ਮਾਰ ਦਈਏ, ਇੱਕ ਨਿਆਂਗ ਹੋ ਕੇ ਸਿੱਖੀ ਜੇ ਤੁਸੀਂ ਰਹਿਣ ਦੇ, ਸਿੱਖੀ ਤੁਹਾਨੂੰ ਕੀ ਕਹਿੰਦੀ, ਉੱਠ ਕੇ ਬੰਦੇ ਮਾਰ ਦਿਓ, ਨਜਾਇਜ਼ ਮਾਰ ਦਿਓ, ਇੱਕ ਮੇਜ਼ਬਾਨ ਘਰੋਂ ਦੇ ਰੋਟੀ ਨੀ ਪੱਕਦੀ ਗਰੀਬ ਦੇ, ਹੈਂ ਬਿਲਕੁਲ ਗਰੀਬ ਬੰਦਾ, ਉਹਦੇ ਨਾਲ ਤਰੋ ਕਮਾਇਆ ਨੇ, ਗਰੀਬ ਨਾਲ ਤਰੋ ਕਮਾਇਆ ਨੇ, ਮੈਂ ਤਾਂ ਨੀ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਨੂੰ, ਹੁਣ ਵੀ ਦਸਤਕ ਦੇਣਾ ਸੀ, ਆਏ ਹੋਣਾ ਚਾਹੀਦਾ ਤੇ ਆਏ ਹੋਣਾ ਚਾਹੀਦਾ ਆ, ਬਹੁਤ ਇਹਨਾਂ ਨੇ ਧੱਕਾ ਕੀਤਾ ਗਰੀਬ ਘਰ ਦਾ, ਗਰੀਬ ਮਾਂ ਕੇ ਪਿੰਨ ਕੇ ਤਾਂ ਮੇਰੇ ਆਲਿਆ ਭੋਲਿਆ ਪੁੱਤਰਾ, ਇਹਨਾਂ ਨੇ ਜ਼ੁਲਮਾਂ ਨੇ ਮੈਨੂੰ ਮਾਰ ਦੇਣਾ ਆ, ਰੋਟੀ ਖਾ ਕੇ ਸੌ ਜਾ, ਇਹਨਾਂ ਨੂੰ ਮਾਰਨਾ ਚਾਹੀਦਾ, ਮਾਵਾ ਕਿਲੇ ਬੱਚੇ ਪਾਦੀਆਂ ਨੇ, ਮੈਂ ਘਰਾਲੇ ਬਣਾਏ ਸੀ, ਮਾਵਾ ਕਿਲੇ ਪਾਦੀਆਂ, ਮਾਂ ਨੇ ਕਿੱਥੇ ਹੋਣੇ ਵਿਚਾਰੇ, ਦਿਮਾਗੀ ਟੈਨਸ਼ਨ ਦੀਆਂ ਦਵਾਈਆਂ ਲਿਆ ਲਿਆ ਕੇ ਮੇਰਾ ਠੀਕ ਹੋ ਜਾਏਗਾ, ਮੇਰਾ ਠੀਕ ਹੋ ਜਾਏਗਾ, ਮੈਂ ਜ਼ੁਲਮਾਂ ਦੇ ਥੱਲੇ ਲਾ ਕੇ ਰੱਖ